ਆਪਣੀ ਧਰਤੀ ਦਾ ਕਰਜ਼ ਉਤਾਰਨ ਵਾਲੇ ਅਤੇ ਉਹਦੇ ਲੋਕਾਂ ਲਈ ਕੁਛ ਕਰਕੇ ਜਾਣ ਵਾਲੇ ਲੋਕ ਦੁਨੀਆਂ 'ਚ ਘੱਟ ਹੀ ਹੁੰਦੇ ਨੇ। ਲੇਕਿਨ ਪੰਜਾਬ ਦੀ ਜ਼ਰਖੇਜ਼ ਜ਼ਮੀਨ ਨੇ ਇਹੋ ਜਿਹੇ ਬਹੁਤ ਸਾਰੇ ਪੁੱਤ ਅਤੇ ਧੀਆਂ ਜੰਮੀਆਂ ਨੇ ਅਤੇ ਅੱਜ ਦੀ ਲਾਹੌਰ ਡਾਇਰੀ 'ਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਇੱਕ ਇਹੋ ਜਿਹੇ ਜਵਾਨ ਦੀ ਜਿਹੜਾ ਆਪਣੀ 23 ਸਾਲਾਂ ਜ਼ਿੰਦਗੀ 'ਚ ਅਮਰ ਹੋ ਗਿਆ। ਅੱਜ ਅਸੀਂ ਗੱਲ ਕਰਾਂਗੇ ਭਗਤ ਸਿੰਘ। ਇੱਕ ਸਾਂਝਾ ਹੀਰੋ ਹੈ ਹਿੰਦੁਸਤਾਨ ਅਤੇ ਪਾਕਿਸਤਾਨ ਦਾ, ਪਾਕਿਸਤਾਨੀ ਪੰਜਾਬ ਅਤੇ ਹਿੰਦੁਸਤਾਨੀ ਪੰਜਾਬ ਦਾ। ਔਰ ਐਸੇ ਬਹੁਤ ਘੱਟ ਐਸੀਆਂ ਸ਼ਖਸੀਅਤਾਂ ਨੇ ਜਿਹੜੀਆਂ ਕਿ ਜਿਨ੍ਹਾਂ ਦੇ ਉੱਤੇ ਤੁਸੀਂ ਕੋਈ ਠੱਪਾ ਨਹੀਂ ਲਾ ਸਕਦੇ ਕਿ ਇਹ ਸਿੱਖ ਸੀ ਅਤੇ ਇਹ ਮੁਸਲਮਾਨ ਸੀ ਅਤੇ ਇਹ ਹਿੰਦੂ ਸੀ, ਕਿਉਂਕਿ ਉਹਨਾਂ ਨੇ ਇਹੋ ਜਿਹਾ ਠੱਪਾ ਨਹੀਂ ਲੱਗਣ ਦਿੱਤਾ। ਭਗਤ ਸਿੰਘ ਦਾ ਜਨਮ ਜਿਹੜਾ ਜੀ ਉਹ ਡਿਸਟ੍ਰਿਕਟ ਲਾਇਲਪੁਰ, ਜਿਹਨੂੰ ਅੱਜ ਅਸੀਂ ਫੈਸਲਾਬਾਦ ਕਹਿੰਦੇ ਹਾਂ, ਉਹਦੀ ਤਹਿਸੀਲ ਜੜ੍ਹਾਂਵਾਲਾ ਦੇ ਵਿੱਚ ਇੱਕ ਪਿੰਡ ਦੇ ਵਿੱਚ ਹੋਇਆ ਔਰ ਪ੍ਰਾਇਮਰੀ ਐਜੂਕੇਸ਼ਨ ਵੀ ਉੱਥੇ ਹੋਈ। ਇਸ ਤੋਂ ਪਹਿਲੇ ਕਿਸਾਨ ਮੂਵਮੈਂਟ ਦੇ ਵਿੱਚ ਔਰ ਬਾਕੀ ਜਿਹੜੀ ਇੱਥੇ ਮੂਵਮੈਂਟਾਂ ਚੱਲੀਆਂ ਉਹਨਾਂ ਦੇ ਵਿੱਚ ਅਜੀਤ ਸਿੰਘ ਇਹਨਾਂ ਦੇ ਚਾਚਾ ਜੀ ਜਿਹੜੇ ਸਨ ਉਹ ਸਨ ਅਤੇ ਉਹਨਾਂ ਤੋਂ ਬਹੁਤ ਇਹਨਾਂ ਨੇ ਇੰਸਪਿਰੇਸ਼ਨ ਲਈ। ਪ੍ਰਾਇਮਰੀ ਦੇ ਬਾਅਦ ਦੀ ਪੜ੍ਹਾਈ ਭਗਤ ਸਿੰਘ ਨੇ ਲਾਹੌਰ ਵਿੱਚ DAV ਸਕੂਲ ਤੋਂ ਕੀਤੀ। ਆਪਣੀ ਸਟੂਡੈਂਟ ਲਾਈਫ ਦਾ ਵੱਡਾ ਹਿੱਸਾ ਉਹਨਾਂ ਨੇ ਇਸ ਸਕੂਲ ਦੇ ਇਰਦ ਗਿਰਦ 1 ਕਿਲੋਮੀਟਰ ਦੇ ਰੇਡੀਅਸ ਵਿੱਚ ਗੁਜ਼ਾਰਿਆ। ਮੈਨੂੰ ਸਿਰਫ਼ ਇਹ ਗੱਲ ਤਕਲੀਫ ਦਿੰਦੀ ਸੀ ਕਿ ਇਹ ਜਿਹੜੀ ਜ਼ਮੀਨ ਹੈ ਜਿੱਥੇ ਉਹ ਜੰਮਿਆ, ਜਿੱਥੇ ਉਹ ਤਾਲੀਮੀ ਅਦਾਰਿਆਂ 'ਚ ਗਿਆ, ਜਿੱਥੇ ਉਹਨੂੰ ਫਾਂਸੀ ਲੱਗੀ, ਬਹੁਤ ਅਹਿਮ ਹੈ ਕਿ ਉਹਨਾਂ ਨੂੰ ਉਹਨਾਂ ਦੇ ਯਾਦਗਾਰ ਕੋਈ ਹੋਏ। ਲੇਕਿਨ ਹਾਲੇ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਕਹਿੰਦੇ ਨੇ ਕਿ ਇਨਕਲਾਬ ਆਏਗਾ, ਤਬਦੀਲੀ ਆਏਗੀ, ਉਹ ਹਾਲੇ ਵੀ ਭਗਤ ਸਿੰਘ ਦੇ ਗਾਣੇ ਗਾਉਂਦੇ ਨੇ ਅਤੇ ਉਹਦੇ ਉਹਦੇ ਫੈਨ ਨੇ। ਲੇਕਿਨ ਨੰਬਰ ਉਹ ਕੋਈ ਬਹੁਤ ਜ਼ਿਆਦਾ ਤਾਦਾਦ ਵਿੱਚ ਨਹੀਂ ਹੈਗੇ। ਸਿਸਟਮ ਨੂੰ ਲੈ ਕੇ ਭਗਤ ਸਿੰਘ ਦੀ ਆਈਡੀਓਲੋਜੀ ਨੂੰ ਨਿਖਾਰਨ ਵਿੱਚ ਲਾਹੌਰ ਸ਼ਹਿਰ ਦੀ ਆਬੋ ਹਵਾ ਦਾ ਬਹੁਤ ਵੱਡਾ ਹੱਥ ਸੀ। DAV ਸਕੂਲ ਤੋਂ ਤਾਲੀਮ ਹਾਸਲ ਕਰਨ ਦੇ ਬਾਅਦ ਭਗਤ ਸਿੰਘ ਨੇ ਇੱਥੇ ਬ੍ਰੈਡਲੋ ਹਾਲ 'ਚ ਮੌਜੂਦ ਨੈਸ਼ਨਲ ਕਾਲਜ ਵਿੱਚ ਦਾਖਲਾ ਲਿੱਤਾ। ਇਹ ਜਗ੍ਹਾ ਉਸ ਵੇਲੇ ਲਾਹੌਰ ਸ਼ਹਿਰ ਦੀ ਸਿਆਸੀ ਅਤੇ ਸਮਾਜੀ ਸਰਗਰਮੀਆਂ ਦਾ ਗੜ੍ਹ ਸੀ ਅਤੇ ਇੱਥੇ ਹੀ ਭਗਤ ਸਿੰਘ ਨੇ ਆਪਣੇ ਮਿੱਤਰਾਂ ਨਾਲ ਰਲ ਕੇ ਨੌਜਵਾਨ ਭਾਰਤ ਸਭਾ ਬਣਾਈ, ਤਕਰੀਰਾਂ ਕੀਤੀਆਂ, ਡਰਾਮੇ ਸਟੇਜ ਕੀਤੇ ਅਤੇ ਇਨਕਲਾਬ ਦਾ ਨਾਰਾ ਲਾਇਆ। ਇਸਲਾਮੀਆ ਕਾਲਜ ਸਿਵਲ ਲਾਈਨ, ਜਿਹਦਾ ਨਾਂ ਪਹਿਲੇ DAV ਕਾਲਜ ਸੀ, ਉਹ ਇਮਾਰਤ ਹੈ ਜਿਹਦੇ ਨਾਲ ਖਲੋ ਕੇ ਭਗਤ ਸਿੰਘ ਅਤੇ ਰਾਜਗੁਰੂ ਨੇ ਜੌਨ ਸੌਂਡਰਸ 'ਤੇ ਗੋਲੀਆਂ ਚਲਾਈਆਂ। ਇਨਕਲਾਬ ਕੀ ਹੈ ਕਿ ਮਾੜੇ ਤਬਕਾਤ ਜਿਹੜੇ ਨੇ, ਜ਼ਮੀਨ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਨੇ, ਜਿਹੜੇ ਆਪਣੇ ਧਰਤੀ ਦੇ ਲੋਕ ਨੇ, ਉਹਨਾਂ ਨੂੰ ਉਹਨਾਂ ਦੇ ਹਕੂਕ ਦਿੱਤੇ ਜਾਣ। ਉਹਨਾਂ ਦੇ ਦਰਮਿਆਨ ਜਿਹੜੀਆਂ ਤਫਰੀਕਾਂ ਨੇ ਮਜ਼ਹਬ ਦੇ ਨਾਂ 'ਤੇ, ਨਸਲ ਦੇ ਨਾਂ 'ਤੇ, ਰੰਗ ਦੇ ਨਾਂ 'ਤੇ, ਉਹਨਾਂ ਦੇ ਖਿਲਾਫ਼ ਸਨ ਉਹ। ਜੇ ਰਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਜੇ ਰਤ ਪੀਵੇ ਮਾਨਸਾ, ਦਿਲ ਕੋ ਨਿਰਮਲ ਚੀਤ। ਸੋ ਇਹ ਉਹ ਫਲਸਫਾ ਸੀ ਜਿਹਦੇ ਉੱਤੇ ਭਗਤ ਸਿੰਘ ਹੋਰੀ ਖਲੋਤੇ।
ਇਹ ਚੌਕ ਪਹਿਲਾਂ ਲਾਹੌਰ ਦੀ ਕੈਂਪ ਜੇਲ੍ਹ ਦਾ ਹਿੱਸਾ ਸੀ ਅਤੇ ਇੱਥੇ ਹੀ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ। ਭਗਤ ਸਿੰਘ, ਸੁਖਦੇਵ ਔਰ ਰਾਜਗੁਰੂ ਨੂੰ ਜਿਸ ਰਾਤ ਸਜ਼ਾ ਦੇਣੀ ਸੀ ਉਸ ਰਾਤ ਸਾਰੀ ਰਾਤ ਕੈਦੀਆਂ ਨੇ ਆਪਣੀਆਂ ਹੱਥਕੜੀਆਂ ਦੇ ਨਾਲ ਜਿਹੜੀਆਂ ਸਲਾਖਾਂ ਸਨ ਉਹਨਾਂ ਨੂੰ ਖੜਕਾਇਆ। ਮੁਖਤਲਿਫ ਕਿਤਾਬਾਂ ਦੇ ਵਿੱਚ ਲੋਕਾਂ ਨੇ ਲਿਖਿਆ ਕਿ ਇੰਨਾ ਸ਼ੋਰ ਸੀ ਕਿ ਉਸ ਰਾਤ ਮਜ਼ੰਗ ਇਛਰੇ ਵਾਲੇ ਲੋਕ ਉਹ ਸੌਂ ਨਹੀਂ ਸਨ ਸਕੇ, ਸੜਕਾਂ 'ਤੇ ਬੈਠੇ ਰਹੇ, ਆਪਣੇ ਘਰਾਂ ਦੇ ਛੱਤਾਂ 'ਤੇ ਬੈਠੇ ਰਹੇ ਔਰ ਉਸ ਰਾਤ ਸਿਰਫ ਕੈਦੀਆਂ ਨੇ ਇਨਕਲਾਬ ਜ਼ਿੰਦਾਬਾਦ ਔਰ ਆਪਣੇ ਹੱਥਕੜੀਆਂ ਜਿਹੜੀਆਂ ਸੀ ਉਹਦੇ ਨਾਲ ਸ਼ੋਰ ਕਰਦੇ ਰਹੇ। ਹਕੂਮਤ ਨੂੰ ਡਿਮਾਂਡ ਕਰ ਦਿੱਤੀ ਕਿ ਇਹ ਚੌਕ ਦਾ ਨਾਮ ਬਦਲ ਕੇ ਸ਼ਾਦਮਾਨ ਚੌਕ ਦੀ ਬਜਾਏ ਭਗਤ ਸਿੰਘ ਚੌਕ ਰੱਖਿਆ ਜਾਏ ਅਤੇ ਉਹ ਹਰ ਸਾਲ ਅਸੀਂ ਭਗਤ ਸਿੰਘ ਦੀ ਪੈਦਾਇਸ਼ ਅਤੇ ਉਹਨਾਂ ਦੇ ਡੈਥ ਦੇ ਦਿਨ ਸਾਲ 'ਚ ਦੋ ਵਾਰੀ ਉੱਥੇ ਇਕੱਠੇ ਹੁੰਦੇ ਰਹੇ। ਲੋਕਾਂ ਦੀ ਕੋਸ਼ਿਸ਼ਾਂ ਦੀ ਵਜ੍ਹਾ ਤੋਂ ਹਕੂਮਤ ਨੇ ਚੌਕ ਦਾ ਨਾਂ ਬਦਲਣ ਦਾ ਮੁਤਾਲਬਾ ਮੰਨ ਲਿਆ, ਲੇਕਿਨ ਇਲਾਕੇ ਦੇ ਤਾਜਰਾਂ ਦੀ ਹੜਤਾਲ ਦੇ ਬਾਅਦ ਇਹ ਮਾਮਲਾ ਹਾਲੇ ਤੀਕਰ ਪੈਂਡਿੰਗ ਪਿਆ ਹੈ। ਮੌਕੇ 'ਤੇ ਮੇਰੀਆਂ ਦੋ ਧੀਆਂ ਵੀ ਮੌਜੂਦ ਸਨ, ਉਹਨਾਂ ਨੇ ਵਾਲ ਸਾਡੇ ਪੁੱਟ ਕੇ ਸਾਨੂੰ ਪੁਲਿਸ ਦੇ ਆਉਣ ਤੋਂ ਪਹਿਲੇ ਅਤੇ ਉਹ ਪੁਲਿਸ ਨੇ ਮੀਡੀਏਟ ਕੀਤਾ। ਉਸ ਤੋਂ ਬਾਅਦ ਹਰ ਸਾਲ ਉਹਨੇ ਇਹ ਹੈ ਕਿ ਇੱਕ ਪਾਸੇ ਉਹ ਮੌਲ ਵੀ ਖਲੋਂਦੇ ਨੇ ਇਸੇ ਚੌਕ 'ਤੇ ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਦਰਮਿਆਨ 'ਚ ਪੁਲਿਸ ਹੁੰਦੀ, ਬਹੁਤ ਜ਼ਿਆਦਾ ਅਸੀਂ ਨੰਬਰਸ 'ਚ ਨਹੀਂ ਸਨ ਲੇਕਿਨ ਉੱਥੇ ਇਕੱਠੇ ਹੋ ਕੇ ਬਥੇਰਾ ਰੋਲਾ ਰੋਲਾ ਪੈ ਜਾਂਦਾ ਸੀ, ਉਹਦੀਆਂ ਘੋੜੀਆਂ ਗਾਉਂਦੇ ਸਨ ਭਗਤ ਸਿੰਘ ਦੀਆਂ। ਘੋੜੀ ਜਿਹੜੀ ਉਤਾਇਰ ਲਾਹੌਰੀ ਨੇ ਲਿਖੀ ਸੀ ਲਾਹੌਰ 'ਚ ਜਿਹੜੀ ਉਹਨੇ ਪੜ੍ਹੀ ਸੀ ਆਪਣੇ ਟਾਂਗੇ 'ਤੇ, ਟਾਂਗੇ ਵਾਲਾ ਸੀ ਉਹ ਟਾਂਗੇ 'ਤੇ ਖੜ੍ਹੇ ਹੋ ਕੇ 35 ਕਰੋੜ ਤੇਰੇ ਜਾਂਜੀ ਵੇਲਾੜਿਆ ਪੈਦਲ ਅਤੇ ਕਈ ਅਸਵਾਰ ਕਰ ਮੌਤ ਕੁੜੀ ਨੂੰ ਪ੍ਰਣਾਮਨ ਚੱਲਿਆ ਦੇਸ਼ ਭਗਤ ਸਰਦਾਰ।